ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਨੇ ਤਬਾਹੀ ਮਚਾ ਦਿੱਤੀ ਹੋਈ ਹੈ ਤੇ ਐਤਵਾਰ ਤੱਕ 31 ਜਾਨਾਂ ਜਾ ਚੁਕੀਆਂ ਸੀ ਇਹ ਐਤਵਾਰ ਰਾਤ ਤੱਕ ਦੀ ਗਿਣਤੀ ਹੈ ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਹੋਇਆ ਪਹਾੜਾਂ ਤੇ ਢਿੱਗਾਂ ਡਿੱਗਣ ਕਾਰਨ ਅਤੇ ਚਟਾਨਾਂ ਖਿਸਕਣ ਕਾਰਨ ਸੜਕਾਂ ਜਾਮ ਹੋ ਚੁੱਕੀਆਂ ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੋਈ ਹੈ ਰਾਹਗੀਰ ਰਸਤੇ ਦੇ ਵਿੱਚ ਫਸੇ ਹੋਏ ਨੇ ਮੈਦਾਨੀ ਇਲਾਕਿਆਂ ਦੇ ਵਿੱਚ ਹੜ ਵਰਗੀ ਸਥਿਤੀ ਲਗਾਤਾਰ ਵਧੀ ਹੋਈ ਹੈ ਭਾਰਤ ਵਿੱਚ ਨਹੀਂ ਪਾਕਿਸਤਾਨ ਅਤੇ ਚੀਨ ਵਰਗੇ ਹੋਰ ਗੁਆਂਢੀ ਮੁਲਕਾਂ ਦੇ ਵਿੱਚ ਵੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਚੜ ਚੁੱਕਿਆ ਜਿਸ ਕਾਰਨ 50 ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਗੋਤਾਖਾਰਾਂ ਨੂੰ ਅਲਰਟ ਤੇ ਰੱਖਿਆ ਹੋਇਆ ਹੈ ਭਾਰੀ ਮੀਂਹ ਕਾਰਨ ਪਾਖੜਾ ਡੈਮ ਪੁਲ ਤੋਂ ਥੋੜੀ ਦੂਰ ਨੇਣਾ ਦੇਵੀ ਮਾਰਗ ਤੇ ਸਥਿਤ ਚੈੱਕ ਪੋਸਟ ਨੇੜੇ ਲੈਂਡਸਲਾਈਡ ਹੋਣ ਕਾਰਨ ਸੜਕ ਅਗਲੇ ਨਿਰਦੇਸ਼ਾਂ ਤੱਕ ਬੰਦ ਕਰ ਦਿੱਤੀ ਗਈ ਹੈ। ਗਵਾਲthਾਈ ਵਿੱਚ ਜ਼ਮੀਨ ਖਿਸਕਣ ਕਾਰਨ ਨੰਗਲ ਪਾਖੜਾ ਮਾਰਗ ਬੰਦ ਹੋ ਚੁੱਕਿਆ ਹੈ। ਨੂਰਪੁਰ ਵੇਦੀ ਗੜ ਸ਼ੰਕਰ ਮੁਖ ਮਾਰਗ ਤੇ ਪਿੰਡ ਕਾਨਪੂਰ ਖੁਹੀ ਨੇੜੇ ਲੰਘਦੇ ਇੱਕ ਸਾਈਫਨ ਵਿੱਚ ਬਰਸਾਤੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਜਾਣ ਕਾਰਨ ਇੱਕ ਸਾਧੂ ਦੀ ਮੌਤ ਹੋ ਗਈ ਹੈ ਸਾਧੂ ਮੈਲਪੁਰ ਦੇ ਰਹਿਣ ਵਾਲੇ ਦੱਸੇ ਜਾਂਦੇ ਸੀ Shimla ਦੇ ਪਿੰਡ Kotgarh ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਡਿੱਗਣ ਕਾਰਨ 21 ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ NDRF ਦੀ ਟੀਮ ਨੇ ਕੁੱਲ ਜ਼ਿਲ੍ਹੇ ਦੇ ਚਾਰੜੂ ਪਿੰਡ ਵਿੱਚ ਬਿਆਸ ਦਰਿਆ ਦੇ ਪਾਣੀ ਵਿੱਚ ਡੁੱਬ ਰਹੇ ਪੰਜ ਲੋਕਾਂ ਨੂੰ ਬਚਾਇਆ ਕੁਲ ਕਸਬੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਆਰਜ਼ੀ ਮਕਾਨ ਨੂੰ ਨੁਕਸਾਨ ਪਹੁੰਚਿਆ ਇੱਕ ਔਰਤ ਦੀ ਮੌਤ ਹੋ ਗਈ ਚੰਬਾ ਤਹਿਸੀਲ ਦੇ ਕਟਿਆ ਵਿਖੇ ਜ਼ਮੀਨ ਖਿਸਕਣ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਕੁਲੂ ਮਨਾਲੀ ਰੋਡ ਤੇ ਕਈ ਥਾਵਾਂ ਤੇ ਪੱਥਰ ਡਿਗਣ ਕਾਰਨ ਅਟਲ ਸੁਰੰਗ ਅਤੇ ਰੋਹਤਾਂਗ ਵੱਲ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ ਹਿਮਾਚਲ ਵਿੱਚ ਲਗਾਤਾਰ ਦੂਜੇ ਦਿਨ ਮੀ ਪੈਣ ਕਾਰਨ 700 ਤੋਂ ਵੱਧ ਥਾਵਾਂ ਤੇ ਸੜਕ ਸੰਪਰਕ ਟੁੱਟ ਗਿਆ ਪਾਣੀ ਭਰਨ ਕਾਰਨ Shimla-Kalka ਵਿਰਾਸਤੀ ਰੇਲ ਮਾਰਗ ਤੇ ਰੇਲ ਆਵਾਜਾਈ ਰੱਦ ਵੀ ਕਰ ਦਿੱਤੀ ਗਈ ਨੈਸ਼ਨਲ ਹਾਈਵੇ 154 ਤੇ ਸਥਿਤੀ ਮਹੱਤਵਪੂਰਨ ਚੱਕੀ ਪੁਲ ਨੂੰ ਅਗਲੇ ਹੁਕਮਾਂ ਤੱਕ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਇਹ ਪੁਲ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਜੋੜਦੇ ਨੇ ਕੋਲਸ ਜ਼ਿਲ੍ਹੇ ਦੇ ਬੰਜਰ ਨੂੰ ਓਟ ਨਾਲ ਜੋੜਨ ਵਾਲਾ 40 ਸਾਲ ਪੁਰਾਣਾ ਪੁਲ ਟਹਿ ਗਿਆ। ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਮਕਾਨ ਢਹਿਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਹੋਰ ਜ਼ਖਮੀ ਹੋਏ ਨੇ। ਚਾਰਤਾਂ ਯਾਤਰਾ ਵਿੱਚ ਵੀ ਅੜਿੱਕਾ ਪੈ ਰਿਹਾ ਹੈ। ਗੰਗਾ ਵਿੱਚ ਪਾਣੀ ਚੜਿਆ ਹੋਇਆ ਹੈ। ਟੀਰੀ ਗੜਵਾਲ ਜ਼ਿਲ੍ਹੇ ਦੇ ਮੁਨੀਕੀ ਰੇਤੀ ਖੇਤਰ ਵਿੱਚ ਕੇਦਾਰਨਾਥ ਤੋਂ ਵਾਪਸ ਆ ਰਹੀ ਇੱਕ ਜੀਪ ਟੜਕੇ ਬੇਕਾਬੂ ਹੋ ਕੇ ਗੰਗਾ ਨਦੀ 'ਚ ਜਾ ਡਿਗੀ ਜਿਸ ਵਿੱਚ ਸਵਾਰ ਛੇ ਸ਼ਰਧਾਲੂ ਡੁੱਬ ਗਏ ਉਦਮ ਸਿੰਘ ਨਗਰ ਜ਼ਿਲ੍ਹਾ ਦੇ ਕਾਸ਼ੀਪੁਰ ਇਲਾਕੇ ਦੇ ਪਿੰਡ ਮਿਸਰਵਾਲਾ ਵਿੱਚ ਦੋ ਘਰਟੇ ਜਾਣਕਾਰਨ ਇੱਕ ਜੋੜੇ ਦੀ ਮੌਤ ਹੋ ਗਈ ਹੈ ਲਦਾਖ ਦੇ ਵਿੱਚ ਬੇਮੌਸਮੀ ਬਰਫਬਾਰੀ ਅਤੇ ਭਾਰੀ ਬਾਰਿਸ਼ ਕਾਰਨ ਮੌਸਮ ਵਿਭਾਗ ਨੇ ਖੇਤਰ 'ਚ ਰੈਡ ਅਲਰਟ ਜਾਰੀ ਕੀਤਾ ਹੈ ਕਾਰਗਿਲ ਦੇ ਰੰਗਦੰਮ ਪਿੰਡ ਵਿੱਚ ਕਰੀਬ 3 ਇੰਚ ਬਰਫ ਪਈ ਜਦਕਿ ਕਾਰਗਿਲ ਦੇ ਆਲੇ ਦੁਆਲੇ ਪੰਸੀਲਾ ਜਾਂ ਸ਼ੰਕਰਤੇ ਪਹਾੜੀ ਖੇਤਰ ਵੀ ਬਰਫ ਦੇ ਨਾਲ ਤਕੇ ਹੋਏ ਨੇ بارش ਕਾਰਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ 15 ਘਰ ਟਹਿ ਚੁੱਕੇ ਨੇ ਮੀਂਹ ਕਾਰਨ ਬਿਜਲੀ ਦਾ ਕਰੰਟ ਲੱਗਣ ਅਤੇ ਹੋਰ ਹਾਦਸਾ ਕਾਰਨ 6 ਲੋਕਾਂ ਦੀ ਮੌਤ ਹੋਈ ਹੈ ਸ੍ਰੀ ਨਿਵਾਸਪੁਰੀ ਵਿੱਚ ਇੱਕ ਸਰਕਾਰੀ ਸਕੂਲ ਦੀ ਚਾਰ ਦੀਵਾਰੀ ਦਾ ਇੱਕ ਹਿੱਸਾ ਐਤਵਾਰ ਨੂੰ ਭਾਰੀ ਮੀਂਹ ਕਾਰਨ ਡਿੱਗਿਆ ਸਕੂਲ ਦੀ ਇਮਾਰਤ ਦੀ 4 ਮਹੀਨੇ ਪਹਿਲਾਂ ਮੁਰੰਮਤ ਕੀਤੀ ਗਈ ਸੀ ਸਕੂਲ ਦੀ ਕੰਦ 35 ਸਾਲ ਪੁਰਾਣੀ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਗਾਤਾਰ بارش ਕਾਰਨ ਰਾਸ਼ਟਰੀ ਰਾਜਧਾਨੀ ਦੇ ਸਾਰੇ ਸਕੂਲ ਜਿਹੜੇ ਨੇ ਉਹਨਾਂ ਨੂੰ ਸੋਮਵਾਰ ਤੱਕ ਬੰਦ ਰੱਖਣ ਦੀ ਹਦਾਇਤ ਦਿੱਤੀ ਸੀ ਇੱਥੇ ਜ਼ਿਕਰ ਯੋਗ ਹੈ ਕਿ ਪੰਜਾਬ ਦੇ ਵੀ ਕਈ ਸਕੂਲ ਸੋਮਵਾਰ ਨੂੰ ਬੰਦ ਰੱਖੇ ਗਏ ਨੇ ਤੇ ਹਾਲਾਤ ਜਿਹੜੇ ਨੇ ਉਹ ਲਗਾਤਾਰ ਖਤਰੇ ਦੇ ਵੜੇ ਹੋਏ ਨੇ ਤੇ ਪ੍ਰਸ਼ਾਸਨ ਲਗਾਤਾਰ ਪਿੰਡਾਂ ਦੇ ਵਿੱਚ ਨਿਗਰਾਨੀ ਰੱਖ ਰਿਹਾ ਹੈ